ਗਰੀਬ ਪਰਿਵਾਰ ਸੀ ਇਹ ਕਰਕੇ ਮੁੰਡਾ ਇੱਥੇ ਲਾਇਆ ਸੀ ਅਤੇ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਇੰਨੇ ਘੰਟੇ ਕੰਮ ਲੈਂਦੇ ਨੇ ਇਹ ਸਾਨੂੰ ਤਾਂ ਮੁੰਡਾ ਪਹਿਲੇ 8 ਘੰਟੇ ਪਹਿਲਾਂ ਕਹਿੰਦਾ ਸੀਗਾ ਅਤੇ ਘੰਟੇ ਇਹ 11-12 ਤੋਂ ਬਾਅਦ ਸਾਡੇ ਕੋਲ ਜਾਂਦਾ ਸੀਗਾ 10-11 ਵਜੇ ਰਾਤ ਨੂੰ ਸਵੇਰੇ 8 ਵਜੇ ਆ ਕੇ ਅਤੇ ਹਾਂਜੀ ਡੰਡ ਲੱਗਣਾ ਚਾਹੀਦਾ ਪਰਚਾ ਦਰਜ ਹੋਣਾ ਚਾਹੀਦਾ ਤੇ ਬੱਚਿਆਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਵੀ ਫੈਕਟਰੀ ਸੀਲ ਹੋਣੀ ਚਾਹੀਦੀ ਹੈ ਮੈਂ ਕਹਿਣਾ ਚਾਹੁੰਦਾ ਜੀ 2 ਸਾਲ ਹੋ ਗਏ ਸੀ ਵਿਆਹੇ ਨੂੰ ਬੱਚੇ ਨੂੰ ਮਤਲਬ ਫੈਕਟਰੀ 'ਚ ਕੰਮ ਕਰਦਾ ਸੀਗਾ 5-4 ਮਹੀਨਿਆਂ ਤੋਂ ਇਸ ਫੈਕਟਰੀ ਦੇ ਕੋਈ ਵੀ ਮਤਲਬ ਅਣਗਹਿਲੀ ਦੇ ਕਾਰਨ ਬੱਚੇ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਬੱਚੇ ਦਾ ਜਾਣੀ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਜੋ ਉਸ ਦਾ ਪਰਿਵਾਰ ਹੈ ਬਹੁਤ ਹੱਦੋਂ ਵੱਧ ਗਰੀਬੀ 'ਚ ਆ ਅਤੇ ਦੁੱਖ ਦੇ ਵਿੱਚ ਆ ਪੰਜਾਬ ਸਰਕਾਰ ਨੇ 1 ਲੱਖ ਰੁਪਏ ਰਾਸ਼ੀ ਦਾ ਐਲਾਨ ਕੀਤਾ ਕਿ ਤੁਹਾਨੂੰ ਲੱਗਦਾ ਨਹੀਂ ਇਹ ਘੱਟ ਹੈ ਜੀ ਇਹ ਤਾਂ ਘੱਟ ਹੀ ਆ ਜੀ ਇੱਕ ਪਰਿਵਾਰ ਉੱਜੜ ਜਾਣਾ ਘਰ ਅਤੇ ਇੱਕ ਬੱਚਾ ਹਾਂ ਵੀ ਵੱਡਾ ਅਤੇ ਉਹੀ ਬੱਚਾ ਸੀ ਕੰਮ ਵਾਲਾ ਅਤੇ ਅਸੀਂ ਤਾਂ ਬਸ ਕੁਛ ਵੀ ਨਹੀਂ ਕਰਨ ਯੋਗ ਰਹੇ ਜੀ ਸਾਡੇ ਕੋਲ ਤਾਂ ਕੁਛ ਵੀ ਹੈ ਨਹੀਂ ਇੱਕੋ ਹੀ ਬੱਚਾ ਉਹੀ ਬਸ ਐਂ ਹੋ ਗਿਆ ਅਤੇ ਪ੍ਰਸ਼ਾਸਨ ਤੋਂ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਥੇ ਮਤਲਬ ਕੋਈ ਵੀ ਇਹਨਾਂ ਦਾ ਇੱਥੇ ਸਾਧਨ ਨਹੀਂ ਅੱਗ ਬੁਝਾਉਣ ਵਾਸਤੇ ਨਾ ਕੋਈ ਪਾਣੀ ਦਾ ਨਾ ਕੋਈ ਹੋਰ ਇਸ ਫੈਕਟਰੀ ਨੂੰ ਬੰਦ ਕੀਤਾ ਜਾਵੇ ਅਤੇ ਕੋਈ ਕਰਾਇਨ ਨਹੀਂ ਕੁਛ ਨਹੀਂ ਹੈ ਸਾਡੇ ਬੱਚਿਆਂ ਦੀ ਸੜਕੇ ਸਵਾਹ ਹੋ ਚੁੱਕੀ ਹੈ ਅਸੀਂ ਤਾਂ ਜਮ੍ਹਾਂ ਘਰੋਂ ਬਾਹਰ ਹੋ ਗਏ ਸਾਡਾ ਕੋਈ ਵੀ ਰਿਹਾ ਨਹੀਂ ਸਹਾਰਾ ਹੁਣ ਅਸੀਂ ਤਾਂ ਜਮ੍ਹਾਂ ਮਰਨ ਯੋਗ ਹੀ ਹੋ ਗਏ ਜਮ੍ਹਾਂ ਕੋਈ ਵੀ ਨਹੀਂ ਕੁਛ ਸਾਡੇ ਕੋਲ ਬਸ ਇਹ ਜਿਹੜੀ ਇੱਥੇ ਬੰਦਿਆਂ ਦੀ ਮੌਤ ਹੋਈ ਆ ਇਹ ਜਿਹੜਾ ਫੈਕਟਰੀ ਮਾਲਕ ਆ ਇਹਦੀ ਅਣਗਹਿਲੀ ਕਰਕੇ ਹੋਈ ਆ ਅਸੀਂ ਇਸ ਮੌਤ ਨੂੰ ਕਤਲ ਸਮਝਦੇ ਹਾਂ ਵੀ ਇਹ ਫੈਕਟਰੀ ਮਾਲਕ ਵੱਲੋਂ ਕਤਲ ਕੀਤੇ ਗਏ ਆ ਕਿਉਂਕਿ ਜੋ ਫੈਕਟਰੀ ਦਾ ਐਕਟ ਆ ਜਾਂ ਕੋਈ ਲੇਬਰ ਐਕਟ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਉਹ ਕਾਨੂੰਨ ਦੀਆਂ ਧਜੀਆਂ ਉੱਡ ਰਹੀਆਂ ਨੇ ਮੈਂ ਤਾਂ ਇਹੀ ਕਹੂੰਗਾ ਵੀ ਸਾਰੇ ਪੰਜਾਬ ਦੀਆਂ ਫੈਕਟਰੀਆਂ ਜਿਹੜੀਆਂ ਉਹਨਾਂ ਦੇ ਵਿੱਚ ਧਜੀਆਂ ਉੱਡ ਰਹੀਆਂ ਨੇ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਫੈਕਟਰੀ ਦੀ ਜਿਹੜੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਸਾਨੂੰ ਇਹ ਵੀ ਸ਼ੱਕ ਆ ਮੈਂ ਦਾਅਵੇ ਨਾਲ ਨਹੀਂ ਕਹਿ ਸਕਦਾ ਗੱਲ ਪਰ ਸਾਨੂੰ ਸ਼ੱਕ ਆ ਸੁਣਨ ਚਾਹੀਦਾ ਗੱਲ ਆ ਵੀ ਅਨਲੀਗਲੀ ਇਹਦੇ 'ਚ ਕੁਛ ਘਾਟਾ ਨੇ ਇਸ ਫੈਕਟਰੀ ਦੇ ਵਿੱਚ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਇਹਦੀ ਜਾਂਚ ਕਰਕੇ ਫੈਕਟਰੀ ਮਾਲਕ ਦੇ ਉੱਤੇ ਪਰਚਾ ਉਹ ਅੱਡ ਹੋਵੇ ਜਿਹੜੇ ਕਤਲ ਦੇ ਪਰਚੇ ਦਰਜ ਹੋਣੇ ਚਾਹੀਦੇ ਆ 20 ਲੱਖ ਰੁਪਈਆ ਪ੍ਰਤੀ ਸਾਡੇ ਵੀਰ ਨੂੰ ਮੁਆਵਜ਼ਾ ਅਤੇ ਸਰਕਾਰ ਦੀ ਨੌਕਰੀ ਮਿਲਣੀ ਚਾਹੀਦੀ ਆ ਇਹ ਚਾਹੇ ਸਰਕਾਰ ਦੇਵੇ ਚਾਹੇ ਫੈਕਟਰੀ ਮਾਲਕ ਦੇਵੇ ਜਿੰਨਾ ਚਿਰ ਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡਾ ਸੰਘਰਸ਼ ਇਹ ਚਾਹੇ ਹਫ਼ਤਾ ਚੱਲੇ 20 ਦਿਨ ਚੱਲੇ ਅਸੀਂ ਇਨਸਾਫ ਤੱਕ ਆਪਦਾ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਕਿਉਂਕਿ ਹਰ ਥਾਂ ਹਰ ਫੈਕਟਰੀ ਦੇ ਵਿੱਚ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਬਾਹਰਲੇ ਮਜ਼ਦੂਰ ਆ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਫੈਕਟਰੀਆਂ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਸਾਡੇ ਪੰਜਾਬੀ ਬੇਰੁਜ਼ਗਾਰਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ ਕਿਉਂਕਿ ਪਤਾ ਵੀ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਜਨਤਕ ਜਥੇਬੰਦੀਆਂ ਵੀ ਉਹ ਫੈਕਟਰੀ ਮਾਲਕਾਂ ਨੂੰ ਵਕਤ ਪਾਉਣਗੀਆਂ ਇਸ ਕਰਕੇ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਆ ਚਾਹੇ ਲੁਧਿਆਣਾ ਹੋਵੇ ਗਰਿੰਦਗੜ੍ਹ ਹੋਵੇ ਅੰਮ੍ਰਿਤਸਰ ਹੋਵੇ ਅਸੀਂ ਖਬਰਾਂ ਪੜ੍ਹਦੇ ਹਾਂ ਵੀ ਉਹ ਵਿੱਚ ਹੀ ਖਪਾ ਦਿੱਤੇ ਜਾਂਦੇ ਆ ਉਹਨਾਂ ਦੇ ਵਾਰਸਾਂ ਨੂੰ ਦੱਸਿਆ ਜਾਂਦਾ ਵੀ ਇੱਥੇ ਇੱਕ ਫੈਕਟਰੀ ਦੇ ਵਿੱਚ ਕਤਲ ਹੋ ਗਏ ਇਸ ਕਰਕੇ ਅਸੀਂ ਇਨਸਾਫ ਲਈ ਅਸੀਂ ਆਖਰੀ ਦਮ ਤੱਕ ਲੜਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਇੱਕ ਘੋਲ ਨੂੰ ਅਸੀਂ ਸਿਰੇ ਤੱਕ ਲਿਜਾਵਾਂਗੇ ਜਿੰਨਾ ਚਿਰ ਕਿ ਫੈਕਟਰੀ ਮਾਲਕ ਨੂੰ ਇੱਥੋਂ ਦੀ ਜਿਹੜਾ ਪ੍ਰਸ਼ਾਸਨ ਆ ਉਹ ਸਜ਼ਾ ਨਹੀਂ ਦਿੰਦੀ ਦੂਜੀ ਗੱਲ ਜਿਹੜਾ ਪ੍ਰਸ਼ਾਸਨ ਆ ਚਾਹੇ ਇੱਥੋਂ ਦੇ ਅਧਿਕਾਰੀ ਆ ਕਹਿਣ ਨੂੰ ਸਾਨੂੰ ਮਿੱਠੀਆਂ ਗੋਲੀਆਂ ਜਿੰਨੀਆਂ ਮਰਜ਼ੀ ਦੇ ਦੇਣ ਅੱਜ ਤੱਕ ਦਾ ਇਤਿਹਾਸ ਸਾਡੇ ਘੋਲਾਂ ਦਾ ਇਹ ਦੱਸ ਰਿਹਾ ਵੀ ਪ੍ਰਸ਼ਾਸਨ ਆ ਜਿਹੜਾ ਕਦੇ ਵੀ ਲੋਕਾਂ ਨਾਲ ਨਹੀਂ ਖੜਿਆ ਇਹ ਇਹਨਾਂ ਕਾਤਲਾਂ ਨਾਲ ਖੜਦਾ ਗਾ ਇਹ ਚਾਹੇ ਕਿਸੇ ਵੀ ਫੈਕਟਰੀ ਦੀ ਘਟਨਾ ਹੋਵੇ ਕਦੇ ਵੀ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ ਜਦੋਂ ਇਨਸਾਫ਼ ਮਿਲਿਆ ਲੋਕਾਂ ਨੇ ਹਫ਼ਤਾ ਮਹੀਨਾ ਮਹੀਨਾ ਧਰਨੇ ਲਾ ਕੇ ਅਸੀਂ ਇਨਸਾਫ਼ ਲਿਆ ਇਸ ਕਰਕੇ ਅਸੀਂ ਕਹਿ ਸਕਦੇ ਕੋਈ ਲੋਕ ਪੱਖੀ ਸਰਕਾਰ ਨਹੀਂ ਇਹ ਜੋਗ ਪੱਖੀ ਸਰਕਾਰਾਂ ਨੇ ਚਾਹੇ ਕੈਪਟਨ ਨੇ 1,00,000 ਰੁਪਈਏ ਦਾ ਮੁਆਵਜ਼ੇ ਦਾ ਐਲਾਨ ਕੀਤਾ ਅਸੀਂ ਸੁਣਿਆ ਵੀ ਅਖਬਾਰ 'ਚ ਮੈਂ ਨਹੀਂ ਅਖਬਾਰ ਪੜ੍ਹਿਆ ਅਸੀਂ ਕਹਿੰਦੇ ਹਾਂ ਵੀ 1-1 ਲੱਖ ਇਹ ਬੰਦੇ ਜਿਹੜੇ ਗਰੀਬ ਪਰਿਵਾਰਾਂ ਦੇ ਮੁੰਡੇ ਸੀ ਇਹਨਾਂ ਦੇ ਵਿੱਚੋਂ ਕਈ ਵਿਚਾਰੇ
ਜਾਣੀ ਬਹੁਤ ਮਾੜੀ ਹਾਲਤ ਸੀ ਜਿਨ੍ਹਾਂ ਦੇ ਬੱਚੇ ਆ ਜਿਨ੍ਹਾਂ ਨੇ 30 ਸਾਲ ਘੱਟੋ ਘੱਟ ਸਾਡੀ ਸਮਝ ਨਾਲ 30 ਸਾਲ ਉਹਨਾਂ ਨੇ ਇੱਥੇ ਕੰਮ ਕਰਨਾ ਸੀ ਇਹ ਸਾਨੂੰ ਕੀ ਉਹਨਾਂ ਦੀ ਕੀਮਤ ਦੇ ਦੇਣਗੇ ਅਤੇ ਨਾਲੇ ਸਰਕਾਰ ਦੇ ਦੂਗੀ ਇਹ ਜਿਹੜਾ ਨਿਆਂ ਗਾ ਇਹਦੇ ਖਿਲਾਫ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪਊਗਾ ਇੱਥੇ ਕੋਈ ਵੀ ਵੋਟਾਂ ਵਾਲੀ ਪਾਰਟੀ ਚਾਹੇ ਕੋਈ ਆਪ ਵਾਲਾ ਹੋਵੇ ਚਾਹੇ ਕੋਈ ਹੋਵੇ ਕੋਈ ਇੱਥੇ ਲੋਕਾਂ ਦੀ ਬਾਂਹ ਫੜਨ ਵਾਲਾ ਹੈ ਨਹੀਂ ਜਦੋਂ ਵੀ ਫੜੀ ਆ ਬਾਂਹ ਤਾਂ ਲੋਕਾਂ ਦੀਆਂ ਜਨਤਕ ਜਥੇਬੰਦੀਆਂ ਨੇ ਸੰਘਰਸ਼ 'ਚ ਲੋਕਾਂ ਨੇ ਫੜੀ ਆ ਅਸੀਂ ਇਹਨੂੰ ਅਖੀਰਲੇ ਦਮ ਤੱਕ ਲਿਜਾਵਾਂਗੇ ਧੰਨਵਾਦ ਉਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਸਾਡੇ ਪਰਿਵਾਰ ਨੂੰ ਸਮਾਨ ਉਹ ਮਿਲਣਾ ਚਾਹੀਦਾ ਮੁਆਵਜ਼ਾ ਦੇਣਾ ਚਾਹੀਦਾ ਵੀ ਫੈਕਟਰੀ ਵਾਲੇ ਨੂੰ ਦੇਣਾ ਚਾਹੀਦਾ ਬਾਕੀ ਸਰਕਾਰ ਨੂੰ ਦੇਣਾ ਚਾਹੀਦਾ ਅੱਗੋਂ ਅੱਡੋ ਅੱਡ ਦੇਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਤੁਹਾਡਾ ਕੀ ਲੱਗਦਾ ਜਿਹੜਾ ਮੇਰਾ ਜਮਾਈ 'ਤੇ ਜੀ ਆਪਾਂ ਪਤਾ ਲੱਗ ਸਕੇ ਬਾਕੀ ਸਾਰਾ ਪ੍ਰਸ਼ਾਸਨ ਕੱਲ੍ਹ ਦਾ ਇੱਥੇ ਹੀ ਹੈ ਸਾਰੇ ਆਪਣੀ ਮੁਸਤੈਦੀ ਨਾਲ ਇਸ ਦੁਖਦਾਈ ਘਟਨਾ ਨੂੰ ਨੇੜੇ ਤੋਂ ਹੋ ਕੇ ਵਾਚ ਕਰ ਰਹੇ ਨੇ ਅਤੇ ਜੋ ਵੀ ਪ੍ਰਸ਼ਾਸਨ ਵੱਲੋਂ ਬਣ ਪਾ ਰਿਹਾ ਉਹ ਕੀਤਾ ਜਾ ਰਿਹਾ ਸਰ ਫੈਕਟਰੀ ਮਾਲਕਾਂ ਦੇ ਖਿਲਾਫ਼ ਕੋਈ ਕਾਰਵਾਈ ਕੀਤੀ ਜਾ ਰਹੀ ਹਾਂਜੀ ਉਹਦਾ ਇਸ ਪਰਚਾ ਕਰਾ ਦਿੱਤਾ ਗਿਆ ਕੱਲ੍ਹ ਹੀ ਹਾਂਜੀ ਕੋਈ ਹੋਰ ਵੀ ਡੈੱਡ ਬੋਡੀ ਮਿਲਣ ਦੀ ਸ਼ੰਕਾ ਜੀ ਫਿਲਹਾਲ ਤਾਂ ਜੋ ਇਹਨਾਂ ਦਾ ਹਾਜ਼ਰ ਰਜਿਸਟਰ ਸੀਗਾ ਉਹਦੇ ਮੁਤਾਬਕ ਤਾਂ 3 ਸੀਗੇ ਉਹ ਕੱਲ੍ਹ ਹੀ ਡੈੱਡ ਬੋਡੀ ਰਿਕਵਰ ਹੋ ਗਈਆਂ ਸੀ ਅਤੇ ਇਸ ਤੋਂ ਬਿਨਾਂ ਹਾਲੇ ਤਾਂ ਕੋਈ ਇਨਫੋਰਮੇਸ਼ਨ ਹੈ ਨਹੀਂ ਬਾਕੀ ਮਲਬਾ ਚੁਕਾਇਆ ਜਾਊਗਾ ਉਹਦੇ ਬਾਅਦ ਕੁਛ ਪਤਾ ਲੱਗੇਗਾ ਜੀ ਕੁਛ ਹੋਇਆ ਉਹ 'ਤੇ ਮੇਰਾ ਕੁਛ ਹੈ ਠੀਕ ਹੈ ਥੈਂਕ ਯੂ